IBS ਦੇ ਬਹੁਤ ਸਾਰੇ ਲੋਕ ਨੇ ਮਰੀਜ਼ IBS ਕਹਿੰਦੇ ਨੇ ਇਰੀਟੇਬਲ ਬਾਊਲ ਸਿੰਡਰੋਮ IBS ਓਵਰ ਗਰੋਥ ਆਫ ਬੈਕਟੀਰੀਆ ਆਪਣੇ ਬੜੀ ਆਂਤ ਜਿਹੜੀ ਲਾਰਜ ਇੰਟਸਟਾਈਨ ਜਿਹਨੂੰ ਆਪਾਂ ਕਹਿੰਦੇ ਹਾਂ ਅਤੇ ਛੋਟੀ ਆਂਤ ਜਿਹਨੂੰ ਸਮਾਲ ਇੰਟਸਟਾਈਨ ਕਹਿੰਦੇ ਇਹਦੇ 'ਚ ਆਲਰੇਡੀ ਸਾਡਾ ਫਰੈਂਡਲੀ ਬੈਕਟੀਰੀਆ ਮੌਜੂਦ ਹੁੰਦਾ ਜਿਹੜਾ ਫੂਡ ਨੂੰ ਉਹ ਪਾਰਟੀਕਲਸ ਨੂੰ ਅਲੱਗਾ ਕਰਦਾ ਜਾਂਦਾ ਜਿਹੜਾ ਫਾਲਤੂ ਹੁੰਦਾ ਇਹ ਵਮਨ ਨੂੰ 2x ਹੁੰਦੀ ਹੈ ਡਬਲ ਹੁੰਦੀ ਹੈ ਡਬਲ ਹੁੰਦੀ ਹੈ ਯਾਨੀ ਅਗਰ ਮੇਲ ਨੂੰ ਆ ਜਿੰਨੀ ਸਟਰੈਂਥ ਮੇਲ ਨੂੰ ਆ ਉਸ ਤੋਂ ਡਬਲ ਸਟਰੈਂਥ ਨਾਲ ਵੂਮੈਨ ਨੂੰ ਹੁੰਦੀ ਹੈ ਸਟੂਲ ਨਾਲ ਮਿਊਕਸ ਆਉਂਦਾ ਜਾਂ ਬਲੀਡ ਹੁੰਦਾ ਬਲੱਡ ਆਉਂਦਾ ਔਰ ਐਡੀ ਗੰਦੀ ਬਿਮਾਰੀ ਆ ਬਲਜਿੰਦਰ ਬੰਦੇ ਦਾ ਆਇਰਨ ਚੁਸ ਜਾਂਦੀ ਹੈ ਬੰਦੇ ਦੀਆਂ ਹੱਡੀਆਂ ਚੁਸ ਜਾਂਦੀ ਹੈ ਜਿਹੜੀਆਂ ਪੇਨਸ ਆ ਉਹ ਐਡੀਆਂ ਸਵੀਅਰ ਹੁੰਦੀਆਂ ਤੁਹਾਨੂੰ ਜਿਹੜੀਆਂ ਉਹ ਪੇਟ 'ਚ ਜਿਹਨੂੰ ਆਪਾਂ ਕਹਿੰਦੇ ਨਾ ਮਰੋੜ ਉੱਠਦੇ ਆ ਉਹ ਇਸ ਲੈਫਟ ਸਾਈਡ 'ਤੇ ਜ਼ਿਆਦਾਤਰ ਜਿੱਧਰ ਆਪਣੇ ਸਟਮਕ ਲੱਗਾ ਹੁੰਦਾ ਮੇਦਾ ਇਸ ਪਾਸੇ ਪੇਟ 'ਚ ਕ੍ਰੈਂਪਿੰਗ ਹੁੰਦੀ ਹੈ ਫੀਵਰ ਉਹਨਾਂ ਨੂੰ ਅਕਸਰ ਰਹਿੰਦਾ 101 100 ਇੱਥੇ ਇਹਨਾਂ ਨੂੰ ਕੰਟੀਨਿਊਸ ਫੀਵਰ ਰਹਿੰਦਾ ਜਿਹੜਾ ਲੋਕਾਂ ਨੂੰ ਫੀਵਰ ਰਹਿੰਦਾ ਉਹ ਚੈੱਕਅਪ ਜ਼ਰੂਰ ਕਰਾਉਣ ਕਿ ਕਿਤੇ ਉਹਨਾਂ ਨੂੰ IBS ਤਾਂ ਨਹੀਂ ਕਦੇ ਤੁਹਾਨੂੰ ਗੈਸ ਹੋ ਜਾਂਦੀ ਹੈ ਕਦੇ ਤੁਹਾਨੂੰ ਕੌਂਸਟੀਪੇਸ਼ਨ ਹੋ ਜਾਂਦੀ ਹੈ ਕਦੇ ਡਾਇਰੀਆ ਹੋ ਜਾਂਦਾ ਕਦੇ ਤੁਹਾਡੇ ਦਰਦਾਂ ਆਉਣ ਲੱਗ ਜਾਂਦੀਆਂ ਕਦੇ ਤੁਹਾਨੂੰ ਫੀਲ ਹੁੰਦਾ ਕਿ ਮੇਰੀ ਦੁਨੀਆ ਘੁੰਮ ਰਹੀ ਹੈ ਕੋਈ ਵੀ ਮੇਲ ਤੁਸੀਂ ਲਿਆ ਇਹਨੇ ਫੌਰਨ ਟ੍ਰਿਗਰ ਹੋ ਜਾਣਾ ਫੌਰਨ ਤੁਹਾਨੂੰ ਦੱਸਣਾ ਕਿ ਲਓ ਜੀ ਤੁਹਾਨੂੰ ਕੁਛ ਹੋ ਗਿਆ ਅੰਦਰ ਜਾਂ ਤਾਂ ਦਰਦਾਂ ਸ਼ੁਰੂ ਹੋ ਜਾਣੀਆਂ ਪੇਟ 'ਚ ਸਟ੍ਰੈਸ ਡਿਪਰੈਸ਼ਨ ਟੈਨਸ਼ਨ ਜਦੋਂ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਨਾ ਟੈਨਸ਼ਨ ਆਉਂਦੀ ਹੈ ਇਹ ਫੌਰਨ ਆਪਣੇ ਆਪ ਟ੍ਰਿਗਰ ਹੋ ਜਾਂਦਾ ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ ਤੁਸੀਂ ਜਾਣਦੇ ਹੋ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਖ ਵੱਖ ਸ਼ਖਸੀਅਤਾਂ ਨੂੰ ਲਿਆ ਕੇ ਤੁਹਾਡੇ ਰੂਬਰੂ ਕਰੀਏ ਤੇ ਢੇਰ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਈਏ ਜਦੋਂ ਖਾਸ ਮੁਲਾਕਾਤ ਦੇ ਵਿੱਚ ਡਾਕਟਰ ਮੁਰਤਜ਼ਾ ਦੀ ਗੱਲ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਬਹੁਤ ਸਾਰੇ ਤੁਹਾਡੇ ਮੈਸੇਜਸ ਆਉਂਦੇ ਈਮੇਲਸ ਆਉਂਦੀਆਂ ਪਰਸਨਲ ਵਟਸਐਪ ਤੇ ਵੀ ਤੁਸੀਂ ਮੈਸੇਜਸ ਸਾਨੂੰ ਭੇਜਦੇ ਹੋ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਇਹ ਜਿਹੜੇ ਸੁਨੇਹੇ ਆ ਤੇ ਜਿਹੜੀਆਂ ਚਿੱਠੀਆਂ ਤੁਸੀਂ ਸਾਨੂੰ ਲਿਖਦੇ ਹੋ ਡਾਕਟਰ ਮੁਰਤਜ਼ਾ ਤੱਕ ਪਹੁੰਚਦੀਆਂ ਕੀਤੀਆਂ ਜਾਣ ਤੇ ਬਿਲਕੁਲ ਜੀ ਮੈਂ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਉਹਨਾਂ ਦੇ ਕੋਲ ਪਹੁੰਚਦੀਆਂ ਕਰਦੀ ਹਾਂ ਤੇ ਸਾਡੀ ਕੋਸ਼ਿਸ਼ ਵੀ ਹੁੰਦੀ ਕਿ ਤੁਹਾਡੇ ਸਵਾਲਾਂ ਦੇ ਜਵਾਬ ਵੀ ਅਸੀਂ ਇਹਨਾਂ ਤੋਂ ਲੈ ਸਕੀਏ ਪਰ ਖਾਸ ਮੁਲਾਕਾਤ ਦੇ ਵਿੱਚ ਅਸੀਂ ਸਵਾਲ ਜਵਾਬ ਨਹੀਂ ਕਰਾਂਗੇ ਸਵਾਲ ਜਵਾਬ ਲਈ ਤੁਹਾਨੂੰ ਵੇਟ ਕਰਨੀ ਪਊਗੀ ਸਾਡੇ ਲਾਈਵ ਟਾਕ ਸ਼ੋਅ ਦੀ ਪਰ ਅੱਜ ਅਸੀਂ ਖਾਸ ਮੁਲਾਕਾਤ ਦੇ ਵਿੱਚ ਖਾਸ ਗੱਲਬਾਤ ਕਿਸੇ ਇੱਕ ਬਿਮਾਰੀ ਦੇ ਰਿਲੇਟਡ ਕਰਾਂਗੇ ਸੋ ਡਾਕਟਰ ਸਾਹਿਬ ਸਾਡੇ ਨਾਲ ਨੇ ਆਓ ਇਹਨਾਂ ਨੂੰ ਜੀਆਂ ਕਹਿੰਦੇ ਆ ਤੇ ਜਾਣਦੇ ਆ ਅੱਜ ਅਸੀਂ ਕਿਹੜੀ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਜੀਆਂ ਨੂੰ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਤੁਹਾਡਾ ਬਲਜਿੰਦਰ ਮੈਂ ਠੀਕ ਹਾਂ ਦੈਟਸ ਗੁੱਡ ਤੇ ਥੈਂਕ ਯੂ ਫॉर ਯਰ ਟਾਈਮ ਡਾਕਟਰ ਸਾਹਿਬ ਤੁਸੀਂ ਬੜੇ ਖੁਸ਼ ਲੱਗ ਰਹੇ ਹੋ ਮੈਂ ਆਲਵੇਜ਼ ਖੁਸ਼ ਹੁੰਦੀ ਹਾਂ ਜੀ ਅੱਛਾ ਨਹੀਂ ਕਦੇ ਕਦੇ ਮੈਂ ਦੇਖਿਆ ਕਿ ਘੱਟ ਹੱਸ ਰਹੇ ਹੋ ਅੱਛਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਮੈਂ ਹਮੇਸ਼ਾ ਹੀ ਖੁਸ਼ ਰਹਿੰਦੀ ਹਾਂ ਵੈਰੀ ਗੁੱਡ ਖੁਸ਼ ਰਹਿਣਾ ਮੈਂ ਖੁਸ਼ ਵੀ ਰਹਿੰਦੀ ਹਾਂ ਤੇ ਮੈਂ ਕੋਸ਼ਿਸ਼ ਕਰਦੀ ਹੁੰਨੀ ਕਿਸੇ ਚਿਹਰੇ ਤੇ ਖੁਸ਼ੀ ਲਿਆ ਵੀ ਸਕਾਂ ਐਗਜ਼ੈਕਟਲੀ ਆਹੀ ਮੈਂ ਕਹਿਣ ਲੱਗਾ ਸੀ ਜੀ ਤੇ ਥੈਂਕ ਯੂ ਵੈਰੀ ਮੱਚ ਤੁਹਾਡਾ ਟਾਈਮ ਜਿਹੜਾ ਤੁਸੀਂ ਸਾਨੂੰ ਦਿੰਦੇ ਹੋ ਤੇ ਬਹੁਤ ਸਾਰੇ ਤੁਹਾਨੂੰ ਦੁਆਵਾਂ ਸਲਾਮ ਭੇਜਦੇ ਆ ਸੋ ਸਾਰੀਆਂ ਕਬੂਲ ਕਰੋ ਜੀ ਥੈਂਕ ਯੂ ਵੈਰੀ ਮੱਚ ਜੀ ਬੜੀਆਂ ਦੁਆਵਾਂ ਉਹ ਕੀ ਕਹਿੰਦੇ ਨੇ ਜਾਣੇ ਕੌਣ ਦੁਆਵਾਂ ਮੇ ਯਾਦ ਰੱਖਤਾ ਹੈ ਕੀ ਬਾਤ ਹੈ ਮੈਂ ਡੁੱਬਤਾ ਹੂੰ ਸਮੁੰਦਰ ਉਛਾਲ ਦਿੰਦਾ ਹੈ ਕੀ ਬਾਤ ਹੈ ਵਾਹ ਵਾਹ ਬੜੀਆਂ ਦੁਆਵਾਂ ਆਂਦੀਆਂ ਬਲਜਿੰਦਰ ਬੜੀਆਂ ਬਿਲਕੁਲ ਜੀ ਬਹੁਤ ਵਧੀਆ ਤੇ ਅੱਜ ਕੀ ਗੱਲਬਾਤ ਸਾਂਝੀ ਕਰੋਗੇ ਕਿਹੜੀ ਆਪਾਂ ਇੱਕ ਖਾਸ ਬਿਮਾਰੀ ਦੇ ਉੱਤੇ ਡਿਸਕਸ ਕਰਨੀ ਅੱਜ ਮੇਰੇ ਕੋਲ ਪਿਛਲੇ ਵੀਕ ਕਾਫੀ ਸਾਰੇ ਪੇਸ਼ੈਂਟ ਆਏ ਆਪਾਂ ਉਹ ਹੀ ਕਰਦੇ ਆ ਜਿਹਦੇ ਪਿਛਲੇ ਵੀਕ ਜ਼ਿਆਦਾ ਪੇਸ਼ੈਂਟ ਆਏ ਹੁੰਦੇ ਜੀ ਆਪਾਂ ਚਾਹੁੰਦੇ ਕਿ ਹੋਰ ਅਗਲੇ ਵੀਕ ਨਾ ਆਣੇ ਇਹਨਾਂ ਨੂੰ ਫਾਇਦਾ ਹੋ ਜੇ ਉਹਨੂੰ ਕਹਿੰਦੇ ਨੇ IBS IBS ਦੇ ਬਹੁਤ ਸਾਰੇ ਲੋਕ ਨੇ ਮਰੀਜ਼ IBS ਕਹਿੰਦੇ ਨੇ ਇਰੀਟੇਬਲ ਬਾਊਲ ਸਿੰਡਰੋਮ IBS ਇਹਦੇ 'ਚ ਹੁੰਦਾ ਕੀ ਹੈ ਇਹ ਹੁੰਦਾ ਕਿਉਂ ਹੈ ਇਹ ਬੜੀ ਕਾਮਨ ਡਿਜ਼ੀਜ਼ ਆ ਅਕਸਰ ਲੋਕਾਂ ਨੂੰ ਇੱਥੇ ਹੋਈ ਹੋਈ ਹੈ ਹੁੰਦਾ ਕੀ ਹੈ ਪਹਿਲਾਂ ਇਹ ਦੱਸੋ ਇਹ ਹੁੰਦਾ ਇਹ ਹੈ ਬੈਕਟੀਰੀਆ ਪੈਦਾ ਹੋ ਜਾਂਦਾ ਤੁਹਾਡੀ ਬੜੀ ਅਤੇ ਛੋਟੀ ਆਂਤ 'ਚ ਕਿਸੇ 'ਚ ਓਵਰ ਗਰੋਥ ਆਫ ਬੈਕਟੀਰੀਆ ਆਪਣੇ ਬੜੀ ਆਂਤ ਜਿਹੜੀ ਲਾਰਜ ਇੰਟਸਟਾਈਨ ਜਿਹਨੂੰ ਆਪਾਂ ਕਹਿੰਦੇ ਅਤੇ ਛੋਟੀ ਆਂਤ ਜਿਹਨੂੰ ਸਮਾਲ ਇੰਟਸਟਾਈਨ ਕਹਿੰਦੇ ਇਹਦੇ 'ਚ ਆਲਰੇਡੀ ਸਾਡਾ ਫਰੈਂਡਲੀ ਬੈਕਟੀਰੀਆ ਮੌਜੂਦ ਹੁੰਦਾ ਜਿਹੜਾ ਫੂਡ ਨੂੰ ਉਹ ਪਾਰਟੀਕਲਸ ਨੂੰ ਅਲੱਗਾ ਕਰਦਾ ਜਾਂਦਾ ਜਿਹੜਾ ਫਾਲਤੂ ਹੁੰਦਾ ਉਹਨੂੰ ਅੱਗੇ ਤੋਰਦਾ ਜਾਂਦਾ ਜਦੋਂ ਉਹਦੇ 'ਚ ਓਵਰ ਗਰੋਥ ਹੋ ਜਾਂਦੀ ਹੈ ਕਿਸੇ ਫੋਰਨ ਬੈਕਟੀਰੀਆ ਦੀ ਔਰ ਉਹ ਸਾਡਾ ਬੈਕਟੀਰੀਆ ਖਤਮ ਹੋ ਜਾਂਦਾ ਔਰ ਜਾਂ ਘੱਟ ਹੋ ਜਾਂਦਾ ਔਰ ਜਿਹੜਾ ਫੋਰਨ ਬੈਕਟੀਰੀਆ ਉਹ ਵੱਧ ਜਾਂਦਾ ਤੇ ਉਹਨੂੰ ਕਹਿੰਦੇ ਆ ਇਰੀਟੇਬਲ ਬਾਊਲ ਸਿੰਡਰੋਮ ਇਹ ਯੂਜੁਅਲੀ ਤੇ ਬੜੀ ਆਂਤ ਤੇ ਛੋਟੀ ਆਂਤ ਦੀ ਹੀ ਡਿਜ਼ੀਜ਼ ਹੈ ਲੇਕਿਨ ਇਹ ਵੂਮਨ 'ਚ ਡਬਲ ਹੁੰਦੀ ਹੈ ਦੂਸਰਿਆਂ ਨਾਲੋਂ ਸਪੋਜ਼ ਅਗਰ 100 ਮੇਲ ਨੇ ਨਾ ਜਿਨ੍ਹਾਂ ਨੂੰ ਇਹ ਡਿਜ਼ੀਜ਼ ਹੈ ਤੇ ਵਿਮਨ 200 ਹੋਣਗੇ ਉਹਨਾਂ ਨੂੰ ਇਹ ਡਿਜ਼ੀਜ਼ ਹੈ ਇਹ ਔਰਤਾਂ ਨੂੰ ਜ਼ਿਆਦਾ ਲੱਗਦੀ ਹੈ ਅੱਛਾ ਜੀ
औरतां किचन च खड़ियां आ वी खा लिया आ वी खा लिया कोई हिसाब किताब नहीं हुंदा उहनां दा ना हिसाब लै के आओ मैं की की खादा बहुत कुछ खा लैंदे नहीं लगदा किचन च खांदे दूसरा औरतां नूं टेंशन बड़ी हुंदी इहदा मेन रिलेशन टेंशन नाल है ते टेंशन दिंदे कौन है अगर मेल नू है जिन्नी स्ट्रेंथ मेल नू है उस तो डबल स्ट्रेंथ ना वुमन नू हुंदी है ਅਤੇ ਇਹਦੇ 'ਚ 50 ਲੈਸ ਲੋਕਾਂ ਨੂੰ ਇਹ ਜ਼ਿਆਦਾ ਹੁੰਦੀ ਹੈ ਜਦੋਂ 50 ਪਲੱਸ ਹੁੰਦੇ ਜਾਂਦੇ ਜਿਵੇਂ ਜਿਵੇਂ ਉਵੇਂ ਉਵੇਂ ਇਹਦੀ ਇਸ ਡਿਜ਼ੀਜ਼ ਦੀ ਇੰਟੈਂਸਿਟੀ ਘੱਟਦੀ ਜਾਂਦੀ ਹੈ ਅਤੇ ਇਹਦਾ ਇਹਦੀਆਂ ਕਿਸਮਾਂ ਵੀ ਹੁੰਦੀਆਂ ਤਿੰਨ ਚਾਰ ਕਿਹੜੀਆਂ ਕਿਸਮਾਂ ਚਾਰ ਹੁੰਦੀਆਂ ਪਹਿਲਾ ਇਹਨੂੰ ਕਹਿੰਦੇ ਨੇ IBSD ਦੂਸਰੇ ਨੂੰ ਕਹਿੰਦੇ ਨੇ IBSC ਤੀਸਰੇ ਨੂੰ ਕਹਿੰਦੇ ਨੇ IBSU ਔਰ ਚੌਥੇ ਨੂੰ ਕਹਿੰਦੇ ਨੇ IBS Mix ਇਹਨਾਂ ਚੋਂ ਵਰਸ ਕਿਹੜਾ ਹੁੰਦਾ ਜ਼ਿਆਦਾ ਖਤਰਨਾਕ ਕਿਹੜਾ ਹੁੰਦਾ ਸਾਰੇ ਹੀ ਗਲਤ ਸਾਰੇ ਗਲਤ ਕੋਈ IBS ਬਿਮਾਰੀ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ ਐਡੀ ਗੰਦੀ ਬਿਮਾਰੀ ਇਹਦੇ 'ਚ ਹੁੰਦਾ ਕੀ ਹੈ ਸਿਮਟਮਸ ਕੀ ਹੈ ਕਿਸਮਾਂ ਅਤੇ ਬਾਅਦ 'ਚ ਆਉਂਦੇ ਆਪਾਂ ਪਹਿਲੇ ਇਹਨਾਂ ਦੀ ਸਿਮਟਮਸ ਦੱਸੀਏ ਰੈਕਟਲ ਬਲੀਡਿੰਗ ਹੁੰਦੀ ਹੈ ਸਟੂਲ ਨਾਲ ਮਿਊਕਸ ਆਉਂਦਾ ਜਾਂ ਬਲੀਡ ਹੁੰਦਾ ਬਲੱਡ ਆਉਂਦਾ ਔਰ ਐਡੀ ਗੰਦੀ ਬਿਮਾਰੀ ਹੈ ਬਲਜਿੰਦਰ ਬੰਦੇ ਦਾ ਆਇਰਨ ਚੂਸ ਜਾਂਦੀ ਹੈ ਬੰਦੇ ਦੀਆਂ ਹੱਡੀਆਂ ਚੂਸ ਜਾਂਦੀ ਹੈ ਮੈਂ ਅੱਗੇ ਹੱਡੀਆਂ 'ਤੇ ਇੱਕ ਸ਼ੋਅ ਕਰਕੇ ਹਟਿਆ ਉਹਦੇ ਵਿੱਚ ਇਹਦੀ ਇੱਕ ਕੌਜ਼ ਜਿਹੜੀ ਹੈ ਨਾ ਹੱਡੀਆਂ ਚੂਸਣ ਦੀ ਉਹ IBS ਹੈ ਅਤੇ IBS ਇੱਕ ਬਹੁਤ ਹੀ ਬੁਰੀ ਬਿਮਾਰੀ ਹੈ ਰੱਬ ਕਿਸੇ ਨੂੰ ਵੀ ਨਾ ਲਾਵੇ ਸਾਰਿਆਂ ਨੂੰ ਰੱਬ ਇਹਦੇ ਤੋਂ ਬਚਾ ਕੇ ਰੱਖੇ ਫਿਰ ਇਹਦੇ ਨਾਲ ਫੀਵਰ ਵੀ ਹੁੰਦਾ ਪੇਨਸ ਵੀ ਹੁੰਦੇ ਨੇ ਜਿਹੜੀਆਂ ਪੇਨਸ ਆ ਉਹ ਐਡੀਆਂ ਸਵੀਅਰ ਹੁੰਦੀਆਂ ਤੁਹਾਨੂੰ ਜਿਹੜੀਆਂ ਉਹ ਪੇਟ 'ਚ ਜਿਹਨੂੰ ਆਪਾਂ ਕਹਿੰਦੇ ਨਾ ਮਰੋੜ ਉੱਠਦੇ ਆ ਉਹ ਇਸ ਲੈਫਟ ਸਾਈਡ 'ਤੇ ਜ਼ਿਆਦਾਤਰ ਜਿੱਧਰ ਆਪਣੇ ਸਟਮਕ ਲੱਗਾ ਹੁੰਦਾ ਮੇਦਾ ਇਸ ਪਾਸੇ ਪੇਟ 'ਚ ਕਰੈਂਪਿੰਗ ਹੁੰਦੀ ਹੈ ਮੈਂ ਕਾਫੀ ਜ਼ਿਆਦਾ ਤੁਹਾਨੂੰ ਫੀਲ ਹੁੰਦਾ ਕਿ ਮੈਂ ਪਤਾ ਨਹੀਂ ਕੀ ਕਰ ਲਿਆ ਜਿਵੇਂ ਹੀ ਖਾਣਾ ਖਾਂਦੇ ਹੋ ਤੁਸੀਂ ਉਵੇਂ ਹੀ ਤੁਹਾਨੂੰ ਇਹ ਸ਼ੁਰੂ ਹੋ ਜਾਂਦਾ ਖਾਣੇ ਤੋਂ 2-3 ਘੰਟਿਆਂ ਦੇ ਅੰਦਰ 4 ਘੰਟਿਆਂ ਤੱਕ ਇਹ ਤੁਹਾਨੂੰ ਪੇਨ ਰਹਿੰਦੀ ਹੈ ਔਰ ਐਡੀ ਬੁਰੀ ਬਿਮਾਰੀ ਹੈ ਇੱਥੇ ਤਾਂ ਇਹਨਾਂ ਨੇ ਇਹਦਾ ਇਲਾਜ ਪਤਾ ਕੀ ਲੱਭਿਆ ਹੋਇਆ ਇੱਥੇ ਇਹਨਾਂ ਨੇ ਇਲਾਜ ਲੱਭਿਆ ਕਿ ਇਹਨੂੰ ਕੱਟ ਕੇ ਸਟਮਕ ਨੂੰ ਅਤੇ ਬਾਹਰ ਬੈਗ ਲਾ ਦਿੰਦੇ ਨੇ ਕਿ ਤੁਸੀਂ ਇੱਧਰੋਂ ਬਾਈਪਾਸ ਕਰ ਦਿਓ ਬੈਗ ਖਾਲੀ ਕਰੋ ਇੱਕ ਮੈਂ 7 ਸਾਲ ਦੇ ਬੱਚੇ ਦਾ ਬੈਗ ਦੇਖਿਆ ਐਡਾ ਮੈਨੂੰ ਤਰਸ ਆਇਆ ਉਹਦੇ 'ਤੇ 7 ਸਾਲ ਦੇ ਬੱਚੇ ਨੂੰ ਇਹ ਬੈਗ ਲਾ ਦਿੱਤਾ ਉਹਨਾਂ ਨੇ ਥੋੜ੍ਹਾ ਬਹੁਤ ਉਹਨੂੰ ਪੇਨ ਸ਼ੇਨ ਹੋਈ ਹੋਣੀ ਕਿਤੇ ਸਟਮਕ ਦਾ ਇਸ਼ੂ ਹੋਇਆ ਹੋਣਾ ਉਹਦਾ ਸਟਮਕ ਕੱਟ ਕੇ ਉਹਨੂੰ ਬਾਈਪਾਸ ਕਰਕੇ ਬਾਹਰ ਕੱਢ ਕੇ ਅਤੇ ਉਹਨੂੰ ਬੈਗ ਲਾ ਦਿੱਤਾ ਉਹ ਵਿਚਾਰਾ ਰੋਜ਼ਾਨਾ ਬੈਗ ਹੀ ਚੇਂਜ ਕਰਦਾ ਰਹੇਗਾ ਬਾਕੀ ਦੀ ਉਮਰ ਕੀ ਉਹਦੀ ਲਾਈਫ ਰਹਿਣੀ ਹੈ IBS ਬਹੁਤ ਗੰਦੀ ਬਿਮਾਰੀ ਹੈ ਇਹ ਇਹਦੇ ਤੋਂ ਬਚਣਾ ਹੀ ਚਾਹੀਦਾ ਫਿਰ ਇਹਦੇ 'ਚ ਜਿਹੜਾ ਗੈਸਿਸ ਹੈ ਨਾ ਉਹ ਤੁਹਾਨੂੰ ਇੰਨੀਆਂ ਘੁੱਟਦੀਆਂ ਹੋਈਆਂ ਫੀਲ ਹੁੰਦੀਆਂ ਨੇ ਗੈਸਿਸ ਕਿ ਤੁਹਾਨੂੰ ਕਦੇ ਲੱਗਦਾ ਮੈਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਹੈ ਕਦੇ ਤੁਹਾਨੂੰ ਲੱਗਦਾ ਮੇਰੇ ਪਿੱਛੇ ਮੋਢੇ ਦੀ ਪ੍ਰੋਬਲਮ ਹੋ ਗਈ ਹੈ ਕਦੇ ਲੱਗਦਾ ਤੁਹਾਨੂੰ ਮੈਨੂੰ ਸਰਵਾਈਕਲ ਹੋ ਗਿਆ ਕਦੇ ਤੁਹਾਨੂੰ ਲੱਗਦਾ ਮੈਨੂੰ ਮਾਈਗ੍ਰੇਨ ਹੋ ਗਿਆ ਕਦੇ ਸਿਰ ਦੁੱਖਦਾ ਕਦੇ ਤੁਹਾਨੂੰ ਲੱਗਦਾ ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਕਦੇ ਤੁਹਾਨੂੰ ਲੱਗਦਾ ਮੈਂ ਮਰਨ ਲੱਗਾ ਪਤਾ ਨਹੀਂ ਕੀ ਹੋਣ ਲੱਗਾ ਗੈਸਿਸ ਇਸ ਕਿਸਮ ਦੀਆਂ ਪੈਦਾ ਕਰਦਾ ਹੈ ਉਹ ਜਿਹੜੀ ਉੱਪਰ ਨੂੰ ਉੱਠਦੀਆਂ ਨਾ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਤੁਹਾਨੂੰ ਇਹ ਗੈਸ ਹੋ ਰਹੀ ਹੈ ਜਾਂ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ ਇਹ IBS ਵਾਲੇ ਲੋਕਾਂ ਨੂੰ ਹੁੰਦਾ ਫਿਰ ਇਸੇ ਤਰ੍ਹਾਂ ਫੀਵਰ ਉਹਨਾਂ ਨੂੰ ਅਕਸਰ ਰਹਿੰਦਾ 101 100 ਇੱਥੇ ਇਹਨਾਂ ਨੂੰ ਕੰਟੀਨਿਊਸ ਫੀਵਰ ਰਹਿੰਦਾ ਜਿਹੜਾ ਲੋਕਾਂ ਦਾ ਫੀਵਰ ਰਹਿੰਦਾ ਉਹ ਚੈੱਕਅਪ ਜ਼ਰੂਰ ਕਰਾਉਣ ਕਿ ਕਿਤੇ ਉਹਨਾਂ ਨੂੰ IBS ਤਾਂ ਨਹੀਂ ਇਹਦੇ ਫਿਰ ਇਹਦਾ ਟੈਸਟ ਵੀ ਕੋਈ ਨਹੀਂ ਕੋਲਨਸਕੋਪੀ ਨਾਲ ਇਹਦਾ ਪਤਾ ਨਹੀਂ ਲੱਗਦਾ ਕੋਲਨਸਕੋਪੀ ਕਹਿੰਦੇ ਨੇ ਕੈਮਰਾ ਨੀਚੋਂ ਪਾ ਕੇ ਆਪਾਂ ਦੇਖਦੇ ਉੱਪਰੋਂ ਉਹਦੇ ਨਾਲ ਇਹਦਾ ਪਤਾ ਨਹੀਂ ਲੱਗਦਾ ਕੋਲਨਸਕੋਪੀ ਵਾਲੇ ਜਸਟ ਗੈਸ ਕਰ ਸਕਦੇ ਆ ਲੇਕਿਨ ਉਹ ਸਿਮਟਮਸ ਤੋਂ ਹੀ ਪਤਾ ਲੱਗਦਾ ਮਿਊਕਸ ਆ ਰਿਹਾ ਜਾਂ ਬਲੱਡ ਆ ਰਿਹਾ ਜਾਂ ਕਰੈਂਪਿੰਗ ਹੋ ਰਹੀ ਹੈ ਜਾਂ ਗੈਸਿਸ ਹੋ ਰਹੀ ਹੈ ਫਿਰ ਇਹਦੀਆਂ ਕਿਸਮਾਂ 'ਤੇ ਆ ਜਾਓ ਅਤੇ ਇਹਦੀ ਜਿਹੜੀ ਡੀ ਕਿਸਮ ਹੈ ਉਹਦੇ 'ਚ ਡਾਇਰੀਆ ਹੁੰਦਾ ਕੰਟੀਨਿਊਸ ਤੁਹਾਨੂੰ ਡਾਇਰੀਆ ਰਹਿੰਦਾ ਡਾਇਰੀਆ ਰਹਿੰਦਾ ਡਾਇਰੀਆ ਰਹਿੰਦਾ ਉਹ ਬਹੁਤ ਹੀ ਗੰਦੀ ਬਿਮਾਰੀ ਹੈ ਉਹਦੇ ਵਿੱਚ ਤੁਹਾਨੂੰ ਕੀ ਹੁੰਦਾ ਇਹ ਜ਼ਿਆਦਾਤਰ ਲੋਕਾਂ ਨੂੰ 50% ਪਲੱਸ ਨੂੰ ਡਾਇਰੀਆ ਵਾਲਾ ਹੁੰਦਾ IBSD ਉਹਦੇ 'ਚ ਕੀ ਹੁੰਦਾ ਕਿ ਤੁਹਾਡਾ ਮੋਸ਼ਨ ਲੱਗੇ ਰਹਿੰਦੇ ਨੇ ਲੂਜ਼ ਮੋਸ਼ਨ ਤੁਹਾਨੂੰ ਚੱਲਦੇ ਰਹਿੰਦੇ ਨੇ ਜਿਹੜੀ ਦੂਸਰੀ ਕਿਸਮ ਹੈ ਉਹ ਇਹਦੇ ਐਗਜੈਕਟ ਓਪੋਜ਼ਿਟ ਹੈ IBSC ਉਹਦੇ 'ਚ ਕੌਂਸਟੀਪੇਸ਼ਨ ਹੁੰਦੀ ਕਬਜ਼ ਹੋ ਜਾਂਦੀ ਜਦੋਂ ਕੌਂਸਟੀਪੇਸ਼ਨ ਹੁੰਦੀ ਹੈ ਉਹ ਇਹਦੇ ਐਗਜੈਕਟ ਓਪੋਜ਼ਿਟ ਹੈ ਜਦੋਂ ਤੁਸੀਂ ਕੌਂਸਟੀਪੇਸ਼ਨ ਖੋਲਣ ਦੀਆਂ ਦਵਾਈਆਂ ਲੈਂਦੇ ਹੋ ਤਾਂ ਤੁਸੀਂ ਡੀ ਵੀ ਹਾਸਲ ਕਰ ਲੈਂਦੇ ਹੋ ਤੁਹਾਨੂੰ ਫਿਰ ਸੀ ਅਤੇ ਡੀ ਇਕੱਠਾ ਹੋ ਜਾਂਦਾ ਜਿਹਨੂੰ ਕਹਿੰਦੇ ਨੇ IBS Mix ਉਹਦੇ 'ਚ ਕਦੇ ਡਾਇਰੀਆ ਹੁੰਦਾ ਕਦੇ ਤੁਹਾਨੂੰ ਕੌਂਸਟੀਪੇਸ਼ਨ ਹੁੰਦੀ ਕਦੇ ਡਾਇਰੀਆ ਹੁੰਦਾ ਕਦੇ ਤੁਹਾਨੂੰ ਕੌਂਸਟੀਪੇਸ਼ਨ ਹੁੰਦੀ ਫਿਰ ਇੱਕ ਹੋਰ ਹੈਗਾ IBSU
ਉਹ ਅਨਸਪੈਸੀਫਾਈਡ ਹੈ, ਉਹਦੇ 'ਚ ਡਿਫਰੈਂਟ ਡਿਫਰੈਂਟ ਕਾਇੰਡ ਦੀਆਂ ਸਿੰਪਟਮਸ ਹੁੰਦੀਆਂ ਨੇ ਤੁਹਾਨੂੰ, ਕਦੇ ਤੁਹਾਨੂੰ ਗੈਸ ਹੋ ਜਾਂਦੀ ਹੈ, ਕਦੇ ਤੁਹਾਨੂੰ ਕੌਂਸਟੀਪੇਸ਼ਨ ਹੋ ਜਾਂਦੀ ਹੈ, ਕਦੇ ਡਾਇਰੀਆ ਹੋ ਜਾਂਦਾ ਹੈ, ਕਦੇ ਤੁਹਾਡੇ ਦਰਦਾਂ ਆਉਣ ਲੱਗ ਜਾਂਦੀਆਂ, ਕਦੇ ਤੁਹਾਨੂੰ ਫੀਲ ਹੁੰਦਾ ਕਿ ਮੈਂ ਮੇਰੀ ਦੁਨੀਆ ਘੁੰਮ ਰਹੀ ਹੈ, ਉਹ ਤੁਸੀਂ ਕਦੇ ਵੀਕਨੈਸ ਫੀਲ ਕਰਦੇ ਹੋ, ਕਦੇ ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ, ਕਦੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਉਹ ਜਿਹੜੀ IBS ਯੂ ਹੈ ਨਾ ਅਨਡਿਫਾਈਨਡ, ਇਹ ਇੱਕ ਸਬ ਟਾਈਪ ਹੈ IBS ਦੀ, ਇਹਦੇ 'ਚ ਤੁਸੀਂ ਡਿਫਾਈਨ ਨਹੀਂ ਕਰ ਪਾਉਂਦੇ ਕਿ ਤੁਹਾਨੂੰ ਕਿਹੜੀ ਕਿਸਮ ਦਾ IBS ਹੈ, ਅਤੇ ਡਾਕਟਰ ਨੂੰ ਇਹਨੂੰ ਟ੍ਰੀਟ ਕਰਨਾ ਬੜਾ ਮੁਸ਼ਕਲ ਹੈ। ਉੱਧਰ ਤਾਂ ਸਿੱਧੀ ਗੱਲ ਹੈ ਕਿ ਇਹਦਾ ਕੋਈ ਖਾਸ ਹੱਲ ਜਾਂ ਇਲਾਜ ਨਹੀਂ ਹੈਗਾ। ਜਿਹਨੂੰ IBS ਹੁੰਦਾ ਉਹ ਇਸ ਤਰ੍ਹਾਂ ਫੀਲ ਕਰਦਾ, ਹਰ ਵਕਤ ਥੱਕਣ, ਜਿਸਮ ਦੁਖਿਆ ਰਹਿੰਦਾ ਉਹਦਾ, ਉਹ ਜਦੋਂ ਹੱਡੀਆਂ ਕਮਜ਼ੋਰ ਹੋ ਗਈਆਂ ਤਾਂ ਓਬਵੀਅਸਲੀ ਉਹਨੇ ਟਾਈਟਨੈਸ ਫੀਲ ਕਰਨੀ ਹੈ, ਫਿਰ ਉਹ ਕਿਤੇ ਜਾ ਨਹੀਂ ਸਕਦਾ ਵਿਚਾਰਾ, ਬਲੱਡ ਨਿਕਲਦਾ, ਵਾਸ਼ਰੂਮ ਕਿੱਥੇ ਲੱਭਦਾ ਫਿਰੇਗਾ ਜਗ੍ਹਾ ਜਗ੍ਹਾ, ਫਿਰ ਉਹ ਕੁਛ ਖਾ ਨਹੀਂ ਸਕਦਾ। ਇਹ ਟਰਿੱਗਰ ਹੁੰਦਾ ਦੋ ਤਿੰਨ ਚੀਜ਼ਾਂ ਨਾਲ, ਇੱਕ ਸਭ ਤੋਂ ਪਹਿਲੇ ਇਹ ਟਰਿੱਗਰ ਹੁੰਦਾ ਜਦੋਂ ਤੁਸੀਂ ਖਾਣਾ ਖਾਂਦੇ ਹੋ, ਮੀਲ ਨਾਲ, ਕੋਈ ਵੀ ਮੀਲ ਤੁਸੀਂ ਲਿਆ ਇਹਨੇ ਫੌਰਨ ਟਰਿੱਗਰ ਹੋ ਜਾਣਾ, ਫੌਰਨ ਤੁਹਾਨੂੰ ਦੱਸਣਾ ਕਿ ਲਓ ਜੀ ਤੁਹਾਨੂੰ ਕੁਛ ਹੋ ਗਿਆ ਅੰਦਰ, ਜਾਂ ਤਾਂ ਦਰਦਾਂ ਸ਼ੁਰੂ ਹੋ ਜਾਣੀਆਂ ਪੇਟ 'ਚ, ਜਾਂ ਲੂਜ਼ ਮੋਸ਼ਨ ਆ ਜਾਣਾ ਖਾਂਦਿਆਂ ਸਾਰ, ਜਾਂ ਪੇਟ ਫੁੱਲ ਜਾਣਾ ਤੁਹਾਨੂੰ, ਜਿਹਨੂੰ ਆਪਾਂ ਅਫਾਰਾ ਟਾਈਪ ਕਹਿੰਦੇ ਹਾਂ, ਉਹ ਹੋ ਜਾਣਾ। ਇਹ ਮੈਂ ਇਸੇ ਤੋਂ ਕਹਿ ਰਿਹਾ ਕਿ ਰੱਬ ਇਹ ਬਿਮਾਰੀ ਕਦੀ ਕਿਸੇ ਨੂੰ ਨਾ ਲਾਵੇ। ਦੂਸਰੀ ਚੀਜ਼ ਜਿਹੜੀ ਇਹਨੂੰ ਟਰਿੱਗਰ ਕਰਦੀ ਹੈ ਉਹ ਹੈਗੀ ਹੈ ਬਲਜਿੰਦਰ, ਸਟ੍ਰੈਸ, ਡਿਪਰੈਸ਼ਨ, ਟੈਨਸ਼ਨ। ਜਦੋਂ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਨਾ, ਟੈਨਸ਼ਨ ਆਉਂਦੀ ਹੈ, ਇਹ ਫੌਰਨ ਆਪਣੇ ਆਪ ਟਰਿੱਗਰ ਹੋ ਜਾਂਦਾ। ਤਾਂ ਜਿਹੜੇ ਜਿਹੜੇ ਲੋਕਾਂ ਨੂੰ ਟੈਨਸ਼ਨ ਲੈਣ ਦੀ ਆਦਤ ਹੈ ਜਾਂ ਟੈਨਸ਼ਨ ਵਾਲੇ ਲੋਕਾਂ 'ਚ ਰਹਿੰਦੇ ਆ, ਉਹ ਫੌਰਨ ਆਪਣੀ ਕੰਪਨੀ ਚੇਂਜ ਕਰਨ, ਆਪਣੀ ਆਦਤ ਨੂੰ ਇਸ ਨੂੰ ਬਦਲਣ, ਜਿਹਨੂੰ ਇਹ ਟੈਨਸ਼ਨ ਦੀ ਆਦਤ ਹੈ। ਜਦੋਂ ਤੁਹਾਨੂੰ ਟੈਨਸ਼ਨ ਦੀ ਆਦਤ ਪੈ ਜਾਣਾ ਤਾਂ ਉਹਦੇ ਨਾਲ ਵੀ ਤੁਹਾਨੂੰ IBS ਹੋ ਸਕਦਾ। ਇਹ ਨਹੀਂ ਕਿ IBS ਹੀ ਟਰਿੱਗਰ ਹੁੰਦਾ ਟੈਨਸ਼ਨ ਨਾਲ, ਅਗਰ ਤੁਹਾਨੂੰ ਟੈਨਸ਼ਨ ਦੀ ਕੰਟੀਨਿਊਸ ਆਦਤ ਬਣਾ ਲਓ ਤੁਸੀਂ ਤਾਂ ਉਹਦੇ ਨਾਲ ਵੀ ਤੁਹਾਡਾ ਇਹ ਟਰਿੱਗਰ ਹੋ ਸਕਦਾ, ਜਾਂ ਨਵਾਂ ਤੁਹਾਨੂੰ IBS ਹੋ ਸਕਦਾ, ਜ਼ੀਰੋ ਤੋਂ ਸ਼ੁਰੂ ਹੋ ਸਕਦਾ ਜੇ ਤੁਹਾਨੂੰ ਆਦਤ ਹੈ, ਆਦਤਨ ਤੁਸੀਂ ਟੈਨਸ਼ਨ ਲੈਂਦੇ ਹੋ ਜੀ। ਹੁਣ ਇਹਦੇ ਲਈ ਸਭ ਤੋਂ ਬੁਰੀ ਚੀਜ਼ ਕਿਹੜੀ ਹੈ ਖਾਣ ਪੀਣ 'ਚ? ਆਪਣੇ ਕੋਲ ਕਿੰਨੇ ਮਿੰਟ ਹੈਗੇ? ਹੈਗਾ ਜੀ ਟਾਈਮ, ਤੁਸੀਂ ਕੰਟੀਨਿਊ ਕਰੋ, 12 ਮਿੰਟ ਹੈਗੇ ਹਲੇ। ਹੁਣ ਬੁਰੀ ਬੁਰੀ ਚੀਜ਼ ਇਹਦੇ 'ਚ ਕਿਹੜੀ ਹੈ? ਸਭ ਤੋਂ ਬੁਰੀ ਚੀਜ਼ ਇਹਦੇ 'ਚ ਹੈ ਵੇ ਸੋਡਾ। ਜਿਹੜੇ ਬੰਦੇ ਸੋਡਾ ਪੀਣ ਦੇ ਆਦੀ ਨੇ ਉਹਨਾਂ ਨੂੰ IBS ਹੋ ਸਕਦਾ, ਔਰ ਜਿਨ੍ਹਾਂ ਨੂੰ IBS ਹੋ ਚੁੱਕਿਆ ਉਹ ਸੋਡੇ ਨੂੰ ਹੱਥ ਨਹੀਂ ਲਾ ਸਕਦੇ। ਦੂਸਰੀ ਇਹਦੇ ਲਈ ਬੁਰੀ ਚੀਜ਼ ਕਿਹੜੀ ਹੈ? ਅਲਕੋਹਲ। ਜਿਹੜੇ ਲੋਕ ਅਲਕੋਹਲ ਪੀਣ ਦੇ ਆਦੀ ਹੈ, ਅਲਕੋਹਲ ਦਾ ਇੱਕ ਪੈਗ ਲਗਾਉਣਗੇ ਤਾਂ ਉਹਨਾਂ ਨੂੰ ਸਿੰਪਟਮਸ ਟ੍ਰਿੱਗਰ ਹੋ ਜਾਣਗੀਆਂ। ਤਾਂ ਜਦੋਂ ਅਲਕੋਹਲ ਦੀ ਆਦਤ ਛੁੱਟੇ ਨਾ ਤਾਂ ਤੁਸੀਂ ਧਿਆਨ ਰੱਖੋ ਕਿ ਤੁਹਾਨੂੰ ਹੋਰ ਮੁਸੀਬਤਾਂ ਦੇ ਨਾਲ ਨਾਲ ਇੱਕ IBS ਦੀ ਮੁਸੀਬਤ ਵੀ ਆ ਸਕਦੀ ਹੈ। ਫਿਰ ਤੀਸਰੀ ਇਹਦੇ ਲਈ ਜੋ ਸਭ ਤੋਂ ਬੁਰੀ ਚੀਜ਼ ਹੈ ਉਹ ਹੈ ਕੈਫੀਨ। ਕੈਫੀਨ 'ਚ ਤੁਹਾਨੂੰ ਪਤਾ ਹੀ ਹੈ, ਕੌਫੀ ਅਤੇ ਚਾਹ ਇਹ ਆਉਂਦੀ ਹੈ। ਜਿਹੜਾ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਚਾਹ ਦੇ ਬੜੇ ਫਾਇਦੇ ਨੇ, ਮੈਂ ਤਾਂ 4 ਵਾਰੀ ਦਿਨ 'ਚ ਚਾਹ ਪੀਂਦੀ ਹਾਂ ਅਤੇ 3 ਵਾਰੀ ਪੀਂਦਾ ਅਤੇ ਸੁਬਾਹ ਵੀ ਅਤੇ ਦੁਪਹਿਰ ਵੀ, ਕਈ ਲੋਕ ਉੱਠਦਿਆਂ ਹੀ ਚਾਹ ਪੀਂਦੇ ਨੇ। ਬਹੁਤ ਸਾਰੇ ਪੇਸ਼ੈਂਟਸ ਅਰਲੀ ਮਾਰਨਿੰਗ, ਬਹੁਤ ਲੋਕ ਬੈੱਡ ਟੀ, ਇੱਕ ਨਾਮ ਰੱਖਿਆ ਹੋਇਆ ਪੈਦਾ, ਬੈੱਡ ਟੀ ਨਾ ਰੱਖਿਆ ਹੋਇਆ। ਬੈੱਡ ਟੀ ਪੀਣ ਵਾਲੇ ਲੋਕਾਂ ਨੂੰ IBS ਹੋਣ ਦੇ ਜ਼ਿਆਦਾ ਚਾਂਸ। ਇਹ ਸਾਨੂੰ ਛੋਟੇ ਹੁੰਦਿਆਂ ਨੂੰ ਮਿਲਦੀ ਹੁੰਦੀ ਸੀ ਮੰਜੇ 'ਚ ਸਿਆਲਾਂ ਨੂੰ, ਪਰ ਜਦੋਂ ਦੇ ਵੱਡੇ ਹੋ ਗਏ ਕਦੇ ਨਸੀਬ ਨਹੀਂ ਹੋਈ ਬੈੱਡ ਟੀ। ਕੌਣ ਦਿੰਦਾ ਹੁੰਦਾ ਸੀ? ਮਾਂ ਹੀ ਦਿੰਦੀ ਹੁੰਦੀ ਸੀ ਜਦੋਂ ਛੋਟੇ ਸੀ, ਤੇ ਹੁਣ ਜਦੋਂ ਦੇ ਆਪੋ ਆਪਣੇ ਘਰਾਂ 'ਚ ਆਏ ਕਦੇ ਨਸੀਬ ਨਹੀਂ ਹੋਈ ਪੀ ਲਈ ਦੀ। ਕਿਤੇ ਦਿਨ 'ਚ ਇੱਕ ਅੱਧੀ ਵਾਰੀ ਆਪ ਬਣਾ ਕੇ, ਜਾਂ ਕਿਤੇ ਮਹਿਮਾਨ ਨਵਾਜੀ ਤੁਹਾਡੇ ਵਰਗੇ ਡਾਕਟਰਾਂ ਦੇ ਆਫਿਸ 'ਚ ਜਾਈਦਾ ਮਿਲਣ ਗੈਣ, ਉੱਥੇ ਚਾਹ ਦਾ ਕੱਪ ਮਿਲ ਜਾਂਦਾ ਕਦੇ ਕਦੇ, ਉਹ ਵੀ ਸਪੈਸ਼ਲ। ਬਸ ਓਨੀ ਕੀ ਕਾਫੀ ਹੈ? ਹਾਂ, ਓਨੀ ਕੀ, ਬਹੁਤ ਓਨੀ ਕੀ ਪੀਣੀ ਚਾਹੀਦੀ। ਫਿਰ ਜਿਹੜੇ ਲੋਕ ਇਹਨੂੰ ਡੇਅਰੀ ਪ੍ਰੋਡਕਟਸ ਜ਼ਿਆਦਾ ਲੈਣ ਦੀ ਆਦਤ ਹੈ ਉਹਨਾਂ ਨੂੰ ਵੀ ਹੈ, ਉਹਨਾਂ ਨੂੰ ਵੀ ਹੋ ਜਾਂਦਾ ਹੈ। ਅਕਸਰ ਲੋਕ ਤੁਸੀਂ ਦੇਖਿਆ ਹੋਣਾ ਕਿ ਠੰਡਾ ਦੁੱਧ ਪੀਂਦੇ ਆਦੀ ਹੈ, ਬਹੁਤ ਪੀਂਦੇ ਕਈ ਲੋਕ, ਬਹੁਤ ਪੀਂਦੇ ਨੇ। ਤੁਹਾਡੇ ਬੌਸ ਨਾ ਨਹੀਂ ਲੈਣਾ ਪਈ ਇੱਦਾਂ ਕਿਸੇ ਦਾ, ਤੁਹਾਡੇ ਬੌਸ ਪੀਂਦੇ ਨੇ, ਉਹਨਾਂ ਨੂੰ ਮੈਂ ਕਈ ਵਾਰੀ ਮਨਾ ਕੀਤਾ, ਉਹ ਦੋ ਕੈਨੀਆਂ ਪੀ ਜਾਂਦੇ ਨੇ ਰੋਜ਼ ਦੀਆਂ, 4 ਲੀਟਰ ਦਾ। ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਕਿਸੇ ਨੇ ਦੱਸਿਆ ਸੀ ਕਿ ਠੰਡਾ ਦੁੱਧ ਪੀਣਾ ਚੰਗਾ ਹੁੰਦਾ। ਹਰ ਬੰਦਾ ਤੇ ਨੀਮ ਹਕੀਮ ਆ, ਯੂਟਿਊਬ ਤੇ ਕਿੰਨੇ ਡਾਕਟਰ, ਨੀਮ ਹਕੀਮ ਖਤਰਾ ਜਾਨ ਤੇ ਨੀਮ ਮੌਲਵੀ ਖਤਰਾ ਇਮਾਨ। ਸਹੀ ਗੱਲ ਹੈ। ਫਿਰ ਇਸੇ ਤਰ੍ਹਾਂ ਜਿਹੜੇ ਲੋਕ ਰਿਫਾਈਨਡ ਗ੍ਰੇਨ ਖਾਂਦੇ ਨੇ, ਜਿਹਨੂੰ ਬਲੀਚ ਕੀਤਾ ਹੋਇਆ ਗ੍ਰੇਨ ਆਪਾਂ ਕਹਿੰਦੇ, ਕਣਕ ਜਾਂ ਚਾਵਲ ਬਲੀਚ ਕੀਤੇ ਹੋਏ, ਜਾਂ ਰਿਫਾਈਨਡ ਚੀਜ਼ਾਂ ਜਿਹੜੀਆਂ,
ਉਹਦੇ ਨਾਲ ਵੀ ਇਹ ਬੜਦਾ ਫਿਰ ਕਾਰਬੋਨੇਟਡ ਚੀਜ਼ਾਂ ਜਿਹੜੀਆਂ ਆਪਾਂ ਖਾਂਦੇ ਆ ਕਾਰਬੋਨੇਟਡ ਯਾਨੀ ਟ੍ਰੀਟ ਕੀਤੀਆਂ ਹੋਈਆਂ ਕੈਮੀਕਲ ਪ੍ਰੋਸੈਸਡ ਕੀਤੀਆਂ ਹੋਈਆਂ ਚੀਜ਼ਾਂ ਉਹਨਾਂ ਨਾਲ ਵੀ IBS ਹੋ ਸਕਦਾ ਫਿਰ ਕਈ ਲੋਕਾਂ ਨੂੰ ਪ੍ਰੋਟੀਨ ਡਾਈਟ ਲੈਣ ਦੀ ਆਦਤ ਐਵੇਂ ਹੀ ਪ੍ਰੋਟੀਨ ਦਾ ਵੇ ਪ੍ਰੋਟੀਨ ਖਾ ਰਿਹਾ ਜੀ ਮੈਂ ਕਿਉਂ ਤੇਰੀ ਉਮਰ ਕਿੰਨੀ ਆ 20 ਸਾਲ ਆ ਜੀ ਮੇਰੀ ਉਮਰ ਅਤੇ ਕਿਉਂ ਪ੍ਰੋਟੀਨ ਡਾਈਟ ਖਾ ਰਿਹਾ ਜੀ ਉਹ ਮੈਂ ਐਕਸਰਸਾਈਜ਼ ਕਰਦਾ ਜੀ ਤਾਂ ਤੂੰ 1 ਕਿਲੋ ਮੀਟ ਖਾ ਲਾ ਹੋਰ ਤੂੰ ਕੇਲੇ ਖਾ ਲਾ ਤੂੰ ਅੰਡੇ ਖਾ ਲਾ ਬਈ ਚੰਗੀਆਂ ਚੀਜ਼ਾਂ ਖਾ ਲਾ ਜਿਹਦਾ ਕੋਈ ਫਾਇਦਾ ਵੀ ਹੋਵੇ ਤੂੰ ਫਰੂਟ ਖਾ ਲਾ ਇਕੱਲੇ ਡਾਕਟਰ ਸਾਹਿਬ ਮੁੰਡੇ ਨਹੀਂ ਖਾਂਦੇ ਕੁੜੀਆਂ ਬਹੁਤ ਪ੍ਰੋਟੀਨ ਜਿਮ ਤੋਂ ਪਹਿਲਾਂ ਪ੍ਰੀ ਵਰਕਆਊਟ ਪੀਂਦੇ ਆ ਕੋਈ ਮੈਨੂੰ ਪਤਾ ਨਹੀਂ ਉਹ ਕੀ ਹੁੰਦਾ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਵੀ ਕਾਫੀ ਜਿਮ ਜਾਣ ਦੇ ਸਾਰੇ ਸ਼ੌਕੀਨ ਹੈਗੇ ਆ ਸੋ ਪ੍ਰੀ ਵਰਕਆਊਟ ਹੋ ਗਿਆ ਆਫਟਰ ਜਿਮ ਪ੍ਰੋਟੀਨ ਹੋ ਗਈ ਸੋ ਇਹਨਾਂ ਚੀਜ਼ਾਂ ਦਾ ਵੀ ਨੁਕਸਾਨ ਹੈ ਆਫ ਕੋਰਸ ਇਹ ਉਹ ਹੀ ਆ ਨਾ ਦੇਖੋ ਇਹ ਸਾਰੀ ਦੁਨੀਆ ਨੇ ਮਾਰਕੀਟਿੰਗ ਦੇ ਟੈਕਟਿਕਸ ਰੱਖੇ ਹੋਏ ਆ ਜਿਨ੍ਹਾਂ ਨੇ ਮਾਰਕੀਟਿੰਗ ਕਰਨੀ ਆਪਣੀ ਪ੍ਰੋਡਕਟ ਵੇਚਣੀ ਹੈ ਅਤੇ ਉਹਨਾਂ ਨੇ ਕੁਛ ਨਾ ਕੁਛ ਤਾਂ ਉਹਨੂੰ ਕਹਿ ਕੇ ਹੀ ਵੇਚਣਾ ਨਾ ਐਵੇਂ ਤਾਂ ਨਹੀਂ ਵੇਚ ਸਕਦੇ ਔਰ ਅਸੀਂ ਉਹਨਾਂ ਦੀਆਂ ਮਾਰਕੀਟਿੰਗ ਦੀਆਂ ਗੱਲਾਂ 'ਚ ਆ ਜਾਂਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਇਹਦਾ ਕੋਈ ਬੜਾ ਬੈਨੀਫਿਟ ਹੈ ਕੋਈ ਬੜਾ ਫਾਇਦਾ ਹੋਣਾ ਸਾਨੂੰ ਉਹ ਬਹੁਤ ਸਾਰੀਆਂ ਕੰਪਨੀਆਂ ਹੁਣ ਇੱਥੇ ਨਾਮ ਨਹੀਂ ਆਪਾਂ ਲੈ ਸਕਦੇ ਬਹੁਤ ਸਾਰੀਆਂ ਕੰਪਨੀਆਂ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਬਣਾਈਆਂ ਹੋਈਆਂ ਨੇ ਬਹੁਤ ਸਾਰੇ ਮਾਲਸ 'ਚ ਵੱਡੇ ਵੱਡੇ ਖੂਬਸੂਰਤ ਸ਼ੋਰੂਮ ਬਣਾਏ ਹੋਏ ਨੇ ਉਹ ਇੰਨੀਆਂ ਕਿਸਮਾਂ ਦੀ ਪ੍ਰੋਟੀਨ ਵੇਚਦੇ ਨੇ ਕਿ ਤੁਹਾਨੂੰ ਐਵੇਂ ਹੀ ਅਟਰੈਕਸ਼ਨ ਹੋ ਜਾਂਦੀ ਤੁਹਾਨੂੰ ਲੈਣ ਨੂੰ ਦਿਲ ਕਰਦਾ ਕਿ ਚਲੋ ਮੈਂ ਇੱਕ ਤਾਂ ਲੈ ਲਾ ਟਰਾਈ ਕਰਕੇ ਦੇਖਾਂ ਤੁਹਾਨੂੰ ਜ਼ਰੂਰਤ ਨਹੀਂ ਤਾਂ ਕਿਉਂ ਲੈਣੀ ਪ੍ਰੋਟੀਨ ਤੁਸੀਂ ਪ੍ਰੋਟੀਨ ਖਾਣੀ ਹੈ ਤਾਂ ਫਿਸ਼ ਖਾਓ ਮੀਟ ਖਾਓ ਅੰਡੇ ਖਾਓ ਦਾਲਾਂ ਖਾਓ ਐਵੋਕੈਡੋ ਖਾਓ ਤੁਸੀਂ ਪ੍ਰੋਟੀਨ ਹੋਰ ਬੜੀਆਂ ਚੀਜ਼ਾਂ 'ਚ ਉਹ ਪ੍ਰੌਨਸ 'ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੈ ਜੀ ਪ੍ਰੌਨਸ ਖਾਓ ਪ੍ਰੋਟੀਨ ਦੇ ਹੋਰ ਬੜੇ ਤਰੀਕੇ ਨੇ ਕੇਲਾ ਖਾਓ ਅਗਰ ਤੁਸੀਂ ਵਰਕਆਊਟ ਕਰਕੇ ਸਮਝਦੇ ਹੋ ਕਿ ਐਨਰਜੀ ਚਾਹੀਦੀ ਹੈ ਬਦਾਮ ਖਾਓ ਕੇਲਾ ਔਰ ਬਦਾਮ ਦਾ ਮਿਲਕਸ਼ੇਕ ਪੀਓ ਦੇਖੋ ਕਿ ਕਿੰਨੀਆਂ ਪ੍ਰੋਟੀਨ ਦੇ ਬਰਾਬਰ ਐਨਰਜੀ ਆਉਂਦੀ ਹੈ ਅਤੇ ਇਹ ਚੀਜ਼ਾਂ ਸਾਰੀਆਂ ਨੁਕਸਾਨਦੇਹ ਫਿਰ ਅਕਸਰ ਲੋਕ ਐਵੇਂ ਹੀ ਬਗੈਰ ਵਜ੍ਹਾ ਤੋਂ ਹੀ ਚਿਪਸ ਖਾਂਦੇ ਫਿਰਦੇ ਹੁੰਦੇ ਆ ਤੁਸੀਂ ਦੇਖਿਆ ਹੋਣਾ ਜਗ੍ਹਾ ਜਗ੍ਹਾ 'ਤੇ ਲੈ ਕੇ ਉਹ ਚਿਪਸ ਦੇ ਨਾ ਬੋਕਸ ਇਹ ਉੱਥੇ ਗਏ ਨੇ ਮੈਕਡੋਨਲ ਉੱਥੇ ਗਏ ਨੇ ਉੱਥੇ ਗਏ ਨੇ ਚਿਪਸ ਦਾ ਇੱਕ ਬਾਊਲ ਲੈ ਲਿਆ ਐਵੇਂ ਹੀ ਬਗੈਰ ਵਜ੍ਹਾ ਤੋਂ ਇਹ ਚਿਪਸ ਖਾਣ ਵਾਲਿਆਂ ਨੂੰ ਵੀ IBS ਹੁੰਦਾ ਜਿਸ ਤਰੀਕੇ ਨਾਲ ਉਹਨੂੰ ਪ੍ਰੋਸੈਸ ਕੀਤਾ ਜਾਂਦਾ ਉਹ ਤੇਲ 'ਚ ਤਲਿਆ ਜਾਂਦਾ ਕਦੇ ਕਿਤੇ ਤਾਂ ਚਲੋ ਸਾਰੀਆਂ ਚੀਜ਼ਾਂ ਕਦੇ ਕਿਤੇ ਮਹੀਨੇ 'ਚ ਇੱਕ ਵਾਰ 2-4 ਪੀਸ ਕੋਈ ਖਾ ਰਿਹਾ ਵਿੱਚੋਂ ਇੱਕ ਅੱਧਾ ਚੁੱਕ ਲਿਆ ਡਿਫਰੈਂਟ ਗੱਲ ਆ ਪਰ ਕਈ ਲੋਕ ਬਹੁਤ ਖਾਂਦੇ ਲੇਜ਼ ਕਹਿੰਦੇ ਉਹ ਖਾਣੇ ਆ ਫਲਾਨੇ ਖਾਣੇ ਆ ਪੈਕਟਾਂ ਦੇ ਵਿੱਚ ਬੰਦੇ ਆ ਸੋ ਵੀ ਬਿਮਾਰੀ ਦਾ ਘਰ ਆ ਬਿਮਾਰੀ ਦਾ ਘਰ ਫਿਰ ਇਹਦੇ ਲਈ ਬਲਜਿੰਦਰ ਇੱਕ ਅੱਛੀਆਂ ਫੂਡਸ ਵੀ ਹੈਗੀਆਂ ਨੇ ਸਭ ਤੋਂ ਅੱਛੀ ਜਿਹੜੀ ਇਹਦੇ ਲਈ ਫੂਡ ਹੈ ਨਾ IBS ਲਈ ਉਹ ਹੈ ਸੂਥਿੰਗ ਫੂਡ ਕੋਈ ਵੀ ਹੈ ਜਿਵੇਂ ਐਪਲ ਸਿਡਰ ਵਿਨੇਗਰ ਸੂਥ ਕਰਦਾ ਨਾ ਅੰਦਰ ਸੂਥਿੰਗ ਸੂਥਿੰਗ ਨੂੰ ਕੀ ਕਵਾਂਗੇ ਪੰਜਾਬੀ 'ਚ ਆਰਾਮ ਦਿੰਦਾ ਤੁਸੀਂ ਰਿਪਲੇਸ ਕਰ ਦਿਓ ਐਪਲ ਸਾਈਡਰ ਵਿਨੇਗਰ ਨੂੰ 1 ਕੱਪ ਪਾਣੀ ਦਾ ਲਿਆ ਗਰਮ ਪਾਣੀ ਜਿਵੇਂ ਆਪਾਂ ਗ੍ਰੀਨ ਟੀ ਬਣਾਉਂਦੇ ਉਹਦੇ ਵਿੱਚ 1 ਸਲਾਈਸ ਲੈਮਨ ਦਾ ਕੱਟ ਕੇ ਪਾ ਦਾ 1 ਚੁਟਕੀ ਉਹਦੇ 'ਚ ਪਾ ਦਿੱਤੀ ਜੇਕਰ ਤੁਹਾਡੇ ਕੋਲ ਪੀਸਿਆ ਹੋਇਆ ਜਿੰਜਰ ਜਾਂ ਪੀਸਿਆ ਹੋਇਆ ਤੁਹਾਡੇ ਕੋਲ ਮਿੰਟ 1 ਚੁਟਕੀ ਉਹਦੀ ਪਾ ਦਿੱਤੀ ਅਤੇ ਜੇ ਸਾਬਤ ਪੱਤੇ ਹੈ ਨੇ ਮਿੰਟ ਦੇ ਜਿਹਨੂੰ ਆਪਾਂ ਪੁਦੀਨਾ ਕਹਿੰਦੇ ਉਹਦੇ 2 ਪੱਤੇ ਉਹਦੇ 'ਚ ਪਾ ਦਿੱਤੇ ਅਤੇ ਜਸਟ ਉਹਨੂੰ ਕਦੇ ਟਰਾਈ ਕਰਕੇ ਦੇਖੋ ਖਾਣਾ ਖਾ ਕੇ ਜਾਂ ਖਾਣੇ ਦੇ ਦਰਮਿਆਨ 'ਚ ਨਾਲ ਰੱਖ ਲਿਆ ਇੱਕ ਗਲਾਸ ਬਣਾ ਕੇ ਗਰਮ ਪਾਣੀ ਦਾ ਉਹਦੇ ਵਿੱਚ 1/4 ਲੈਮਨ ਸੁੱਟ ਦਿੱਤਾ ਛਿਲਕੇ ਸਮੇਤ ਔਰ 1-2 ਪੱਤੇ ਮਿੰਟ ਲੀਫ ਦੇ ਔਰ ਤੀਸਰਾ ਕੀ ਦੱਸਿਆ ਸੀ ਮੈਂ ਤੁਸੀਂ ਜਿੰਜਰ ਉਹਨੂੰ ਉਹਦੇ 'ਚ ਸੁੱਟਤਾ 1 ਚੁਟਕੀ ਜਿੰਜਰ ਦੀ ਜਾਂ ਜਿੰਜਰ ਦਾ 1 ਪੀਸ ਅੱਡਕ ਸੁੱਟ ਦਿੱਤਾ ਉਹਦੇ 'ਚ ਕਰਸ਼ ਕਰਕੇ ਤੁਸੀਂ ਦੇਖਿਓ ਤੁਹਾਨੂੰ ਅਗਰ ਉਹਦੀ ਆਦਤ ਪੈ ਗਈ ਨਾ ਤਾਂ ਇਸ ਤੋਂ ਅੱਛਾ IBS ਦਾ ਬੈਕਟੀਰੀਆ ਦੀ ਟ੍ਰੀਟਮੈਂਟ ਕੋਈ ਨਹੀਂ ਹੈਗੀ ਸਭ ਤੋਂ ਅੱਛਾ ਸਿੰਪਲ ਆ ਘਰੇ ਚੀਜ਼ਾਂ ਮਿਲ ਜਾਣੀਆਂ ਪਾਣੀ ਦਾ ਗਰਮ ਕੱਪ 1 ਕਰ ਲਓ ਉਹਦੇ ਵਿੱਚ ਖਾਣਾ ਖਾ ਰਹੇ ਆ ਨਾਲ ਲਾਗੇ ਰੱਖ ਲਓ ਗਰਮ ਤੇ ਉਹਦੇ 'ਚ 1 ਸਲਾਈਸ ਨਿੰਬੂ ਦੀ ਪਾ ਦਿਓ ਥੋੜਾ ਜਿਹਾ ਅਦਰਕ ਪਾ ਦਿਓ ਤੇ ਉਹਦੇ ਵਿੱਚ ਪੁਦੀਨੇ ਦੇ 1-2 ਪੱਤੇ ਪਾ ਦਿਓ ਸਾਰਿਆਂ ਦੇ ਹੁੰਦਾ ਤੇ ਉਹ ਜਦੋਂ ਰੋਟੀ ਖਾਧੀ ਉਹ ਬਾਅਦ ਵਿੱਚ ਉਹਨੂੰ ਗਲਾਸ ਪੂਰਾ ਭਰ ਕੇ ਪੀਓ 1 ਵਾਰੀ ਲੇਕਿਨ ਗਰਮ ਪਾਣੀ ਦੀ ਆਦਤ ਨਹੀਂ ਪਾਣੀ ਆਪਾਂ ਗਰਮ ਪਾਣੀ ਰੋਕਿਆ ਹੋਇਆ ਲੋਕਾਂ ਨੂੰ ਸਿਰਫ 1 ਵਾਰੀ ਇਹ ਕਰੋ ਤੇ ਤੁਹਾਨੂੰ IBS ਹੁੰਦਾ ਹੀ ਨਹੀਂ ਬੈਕਟੀਰੀਆ ਦੀ ਓਵਰ ਗਰੋਥ ਰੋਕਣੀ ਹੈ ਨਾ ਜਿਹੜਾ ਇੰਟਸਟਾਈਨ 'ਚ ਬੈਕਟੀਰੀਆ ਵੱਧ ਰਿਹਾ ਪੈਦਾ ਜ਼ਿਆਦਾ ਹੋ ਰਿਹਾ ਜਦੋਂ ਤੁਸੀਂ ਜਿੰਜਰ ਅਤੇ ਲੈਮਨ ਇਹ ਪੀਓਗੇ ਨਾ ਤਾਂ ਉਹਦੀ ਓਵਰ ਗਰੋਥ ਜਿਹੜੀ ਉਹ ਰੁਕ ਜਾਏਗੀ ਔਰ ਉਹ ਅੱਗੇ ਨੂੰ ਚਲਾ ਜਾਏਗਾ ਜਿੰਜਰ ਬਹੁਤ ਅੱਛਾ ਇਲਾਜ ਹੈ IBS ਦਾ
ਹੁਣ ਤੁਸੀਂ ਅਗਰ ਜਿੰਜਰ ਨਹੀਂ ਕਰ ਸਕਦੇ ਤਾਂ ਤੁਸੀਂ ਕੋਈ ਹੋਰ ਦਵਾਈ ਲਾ ਲਓ ਹੋਮਿਓਪੈਥਿਕ ਦੀ ਜਿਹੜੀ ਜਿਵੇਂ ਹੁਣ ਮਿਸਾਲ ਦੇ ਤੌਰ 'ਤੇ ਹੋਮਿਓਪੈਥਿਕ ਦੀ ਸਭ ਤੋਂ ਅੱਛੀ ਦਵਾਈ ਆਈ ਬੀ ਐਸ ਦੀ ਹੈ ਨਕਸ ਵੋਮਿਕਾ ਨਕਸ ਵੋਮਿਕਾ NUX VOMICA 30 ਇਹਦੇ 10 ਡਰੋਪਸ ਦਿਨ 'ਚ 3 ਵਾਰੀ ਲੈਣੇ ਸ਼ੁਰੂ ਕਰ ਦਿਓ ਜਸਟ ਐਡ ਕਰੋ ਅਗਰ ਤੁਹਾਨੂੰ ਮਿਊਕਸ ਆ ਰਿਹਾ ਹੈ ਜਾਂ ਬਲੱਡ ਨਿਕਲ ਰਿਹਾ ਰੈਕਟਮ ਤੋਂ ਅਤੇ ਫਿਰ ਤੁਸੀਂ ਉਹਦੇ ਨਾਲ ਮਰਕ ਸੋਲ ਇੱਕ ਮੈਡੀਸਨ ਹੈ MERC ਮਰਕ SOL ਸੋਲ 200 ਉਹਦੇ 5 ਡਰੋਪ ਸੁਬਹਾ ਸੁਬਹਾ ਰੋਜ਼ਾਨਾ ਲੈਣੇ ਸ਼ੁਰੂ ਕਰ ਦਿਓ ਫਿਰ ਅਗਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਹੈ ਸੀ ਵਾਲਾ IBS ਹੈ ਅਤੇ ਉਹਦੇ ਲਈ ਇੱਕ ਦਵਾਈ ਹੈ ਐਲੋਮੀਨਾ ALUMINA ਐਲੋਮੀਨਾ 30 ਉਹਦੇ 10 ਡਰੋਪਸ 3 ਵਾਰੀ ਲੈਣੇ ਸ਼ੁਰੂ ਕਰ ਦਿਓ ਫਿਰ ਇਸੇ ਤਰ੍ਹਾਂ ਤੁਹਾਡੇ ਅਗਰ ਅੰਦਰ ਜ਼ਖਮ ਹੋ ਗਏ ਹੈ ਤਾਂ ਇਹਦੀ ਦਵਾਈ ਹੈ ਹਾਈਡਰਾਸਟਸ ਲੈਣੀ ਸ਼ੁਰੂ ਕਰ ਦਿਓ ਫਿਰ ਇਹਦੀ ਇੱਕ ਟਿਗਲੀਅਮ ਦਵਾਈ ਹੈ ਕਰੋਟਨ ਟਿਗਲੀਅਮ ਮੁਸ਼ਕਲ ਦਵਾਈਆਂ ਅੱਜ ਬਿਲਕੁਲ ਜੀ ਨਾ ਬੜੇ ਕਰੋਟਨ ਟਿਗਲੀਅਮ ਉਹ ਇਹਦਾ ਇਲਾਜ ਹੈ ਫਿਰ ਇੱਕ ਇਹਦੀ ਦਵਾਈ ਹੈ ਕਾਰਬੋਵੈਜ ਅਗਰ ਤੁਹਾਨੂੰ ਗੈਸਿਸ ਹੁੰਦੀਆਂ ਨੇ ਫਿਰ ਅਗਰ ਤੁਹਾਨੂੰ ਗੈਸਿਸ ਇੱਧਰੋਂ ਹੁੰਦੀਆਂ ਨੇ ਤਾਂ ਕਾਰਬੋਵੈਜ ਹੈ ਅਗਰ ਤੁਹਾਨੂੰ ਉੱਧਰੋਂ ਹੁੰਦੀਆਂ ਨੇ ਤਾਂ ਸੋਰੀ ਇੱਧਰੋਂ ਹੁੰਦੀਆਂ ਨੇ ਤਾਂ ਲਾਈਕ ਕਾਰਬੋਵੈਜ ਹੈ ਇੱਧਰੋਂ ਹੁੰਦੀਆਂ ਨੇ ਤਾਂ ਲਾਈਕੋਪੋਡੀਅਮ ਹੈ ਲਾਈਕੋਪੋਡੀਅਮ ਕਾਰਬੋਵੈਜ ਫਿਰ ਇੱਕ ਇਹਦੀ ਦਵਾਈ ਹੈ ਚੈਲੀਡੋਨੀਅਮ ਬਹੁਤ ਸਾਰੀਆਂ ਦਵਾਈਆਂ ਡਾਕਟਰ ਸਾਹਿਬ ਇੰਨੀਆਂ ਦਵਾਈਆਂ ਨਾ ਦੱਸੋ ਸਾਡਾ ਸਮਾਂ ਵੀ ਜਿਹੜਾ ਕਹਿ ਰਿਹਾ ਫਿਰ ਇੱਕ ਦੀ ਦਵਾਈ ਅਰਜੈਂਟਮ ਨਾਈਟ੍ਰਿਕਮ ਆ ਫਿਰ ਇੱਕ ਚਲੋ ਬਾਕੀ ਫਿਰ ਤੇ ਜਾਣ ਤੋਂ ਪਹਿਲਾਂ ਹੁਣ ਦਵਾਈਆਂ ਦੱਸ ਦਿੱਤੀਆਂ ਜਾਣ ਤੋਂ ਪਹਿਲਾਂ ਇੱਕ ਪਿਆਰੀ ਜੀ ਗੱਲ ਵੀ ਦੱਸ ਜਾਓ ਗੱਲ ਬਲਜਿੰਦਰ ਥੋੜ੍ਹੇ ਦਿਨ ਪਹਿਲਾਂ ਇੱਕ ਸਾਡੇ ਕੋਲ ਕਲੀਨਿਕ 'ਤੇ ਇੱਕ ਬੰਦਾ ਆਇਆ ਉਹਦੇ ਤੋਂ ਮੈਨੂੰ ਗੱਲ ਯਾਦ ਆ ਗਈ ਉਹਦਾ ਕਾਰਡ ਡਿਕਲਾਈਨ ਹੋ ਗਿਆ ਮੈਂ ਕਿਹਾ ਹੋਰ ਦੇ ਦੇ ਕੋਈ ਕਾਰਡ ਉਹਨੇ ਹੋਰ ਦੇਤਾ ਉਹ ਵੀ ਡਿਕਲਾਈਨ ਹੋ ਗਿਆ ਮੈਂ ਕਿਹਾ ਜੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਉਹਨੇ ਕਿਹਾ ਨਹੀਂ ਨਹੀਂ ਤੀਸਰਾ ਕਾਰਡ ਵੀ ਹੈਗਾ ਤੀਸਰਾ ਦਿੱਤਾ ਅਤੇ ਉਹ ਚਾਰਜ ਹੋ ਗਿਆ ਥੋੜ੍ਹੀ ਦੇਰ ਬਾਅਦ ਗਿਆ ਵਾਪਸ ਆ ਗਿਆ ਕਹਿੰਦਾ ਜੀ ਮੇਰਾ ਕਾਰਡ ਡਿਕਲਾਈਨ ਕਰਕੇ ਅਤੇ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਹੈ ਮੈਂ ਕਿਹਾ ਉਹਨੂੰ ਅਤੇ ਕਿਹਾ ਕਿ ਤੂੰ ਮੈਡੀਸਨ ਰੱਖ ਲਾ ਜਾਂ ਮੈਨੂੰ ਦੇ ਦੇ ਵਾਪਸ ਅਤੇ ਤੂੰ ਪੈਸੇ ਆਪਣੇ ਲੈ ਲਾ ਕੋਈ ਗੱਲ ਨਹੀਂ ਮੈਂ ਤੇਰੀ ਬੇਇੱਜ਼ਤੀ ਨਹੀਂ ਕਰ ਸਕਦਾ ਤੂੰ ਇਹਨੂੰ ਬੇਇੱਜ਼ਤੀ ਫੀਲ ਕਰਦਾ ਕਾਰਡ ਤਾਂ ਤੇਰਾ ਡਿਕਲਾਈਨ ਹੋਇਆ ਮੈਂ ਤਾਂ ਨਹੀਂ ਕੀਤਾ ਅਤੇ ਇਹਦੇ ਤੋਂ ਹੀ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਜਿਹੜੀ ਆਪਾਂ ਗੱਲ ਕਰੀਏ ਨਾ ਕਿਸੇ ਨਾਲ ਉਹ ਤਮੀਜ਼ ਨਾਲ ਕਰੀਏ ਅਤੇ ਜਦੋਂ ਕਿਸੇ ਨਾਲ ਬਹਿਸ ਕਰੀਏ ਅਤੇ ਉਹ ਦਲੀਲ ਨਾਲ ਕਰੀਏ ਜਦੋਂ ਆਪਾਂ ਗੱਲ ਤਮੀਜ਼ ਨਾ ਕਰਾਂਗੇ ਤਮੀਜ਼ ਸਮਝਦੇ ਹੋ ਨਾ ਇੱਜ਼ਤ ਦੇ ਕੇ ਦੂਸਰੇ ਨੂੰ ਅਤੇ ਉਹਨੂੰ ਅੱਗੋਂ ਆਰਗੂਮੈਂਟ ਕਰਨ ਲਈ ਆਪਾਂ ਕੋਲ ਦਲੀਲ ਹੋਵੇ ਤਾਂ ਫਿਰ ਉਹਦੇ ਬਦਮਜ਼ਗੀ ਨਹੀਂ ਪੈਦਾ ਹੁੰਦੀ ਜਦੋਂ ਤੁਸੀਂ ਗੱਲ ਵੀ ਤਮੀਜ਼ ਤੋਂ ਬਗੈਰ ਕਰੋ ਔਰ ਆਰਗੂਮੈਂਟ ਤੁਹਾਡਾ ਜਿਹੜਾ ਉਹ ਦਲੀਲ ਤੋਂ ਬਗੈਰ ਹੋਏ ਤਾਂ ਫਿਰ ਉੱਥੇ ਲੜਾਈ ਹੋਣ ਦੇ ਚਾਂਸਿਸ ਹੁੰਦੇ ਨੇ ਲਿਹਾਜ਼ਾ ਜਦੋਂ ਕਿਸੇ ਨਾਲ ਬਹਿਸ ਹੋ ਜਾਵੇ ਤਾਂ ਉੱਥੇ ਯਾਦ ਰੱਖੋ ਇਹ ਦੋ ਅਸੂਲ ਮੇਰੇ ਇਹ ਦੋਵਾਂ ਚੀਜ਼ਾਂ ਨੂੰ ਭੁੱਲਣਾ ਨਹੀਂ ਕਦੇ ਇੱਕ ਤਾਂ ਗੱਲ ਕਰਨੀ ਹੈ ਆਪਾਂ ਤਮੀਜ਼ ਨਾਲ ਅਤੇ ਦੂਸਰੀ ਗੱਲ ਕਰਨੀ ਹੈ ਦਲੀਲ ਨਾਲ ਤਮੀਜ਼ ਅਤੇ ਦਲੀਲ ਇਹ ਦੋ ਚੀਜ਼ਾਂ ਨੂੰ ਭੁੱਲਣਾ ਨਹੀਂ ਕਦੇ ਅਤੇ ਕਦੇ ਕਿਸੇ ਦੀ ਲੜਾਈ ਨਹੀਂ ਹੋਣ ਦੇ ਚਾਂਸਿਸ ਕਿਆ ਬਾਤ ਹੈ ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ ਬਹੁਤ ਵਧੀਆ ਤੁਹਾਡੀ ਗੱਲ ਲੱਗੀ ਥੈਂਕ ਯੂ ਜੀ ਫਿਰ ਮਿਲਾਂਗੇ ਥੈਂਕ ਯੂ ਵੈਰੀ ਮੱਚ ਟੇਕ ਕੇਅਰ ਬਿਲਕੁਲ ਜੀ ਕਹਿੰਦੇ ਤਹਿਜ਼ੀਬ ਅਤੇ ਸਲੀਕੇ ਦੇ ਨਾਲ ਹਰ ਇੱਕ ਦੇ ਨਾਲ ਗੱਲ ਕਰੋ ਤਹਿਜ਼ੀਬ ਦੇ ਨਾਲ ਗੱਲ ਕਰੋਗੇ ਅਤੇ ਅਗਲਾ ਵੀ ਤੁਹਾਨੂੰ ਅੱਗਿਓਂ ਤਹਿਜ਼ੀਬ ਦੇ ਨਾਲ ਹੀ ਬੁਲਾਵੇਗਾ ਪਰ ਜਦੋਂ ਕੋਈ ਤੁਹਾਡੇ ਨਾਲ ਇਹੋ ਜਿਹਾ ਵਿਵਹਾਰ ਕਰਦਾ ਅਤੇ ਕਈ ਵਾਰੀ ਕਹਿੰਦੇ ਅੱਗਿਓਂ ਚੁੱਪ ਵੀ ਰਹਿਣਾ ਚਾਹੀਦਾ ਅਤੇ ਅਗਲੇ ਨੂੰ ਅਹਿਸਾਸ ਕਿਸੇ ਸਲੀਕੇ ਦੇ ਨਾਲ ਹੀ ਕਰਾਉਣਾ ਚਾਹੀਦਾ ਕਿ ਤੂੰ ਗਲਤ ਆ ਸੋ ਤਹਿਜ਼ੀਬ ਨੂੰ ਤਲਵਾਰ ਬਣਦਿਆਂ ਬਹੁਤਾ ਦੇਰ ਨਹੀਂ ਲੱਗਦੀ ਸੋ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਰੱਖਿਆ ਖੁਸ਼ ਰਿਹਾ ਕਰੋ ਦੂਜਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਅਗਲੀ ਵਾਰ ਫਿਰ ਮਿਲਾਂਗੇ ਅਸੀਂ ਖਾਸ ਮੁਲਾਕਾਤ ਦੇ ਵਿੱਚ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਤਦ ਤੱਕ ਤੁਸੀਂ ਰੱਖਿਓ ਖਿਆਲ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ